ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਇਤਿਹਾਸਕ ਗੁਰੂ ਨਾਨਕ ਮਹਿਲ ਪਿੰਡ ਬਾਠਾਂਵਾਲਾ 'ਚ ਤੋੜ ਭੰਨ ਦਾ ਮਾਮਲਾ ਸਾਹਮਣੇ ਆਇਆ। ਕੁਝ ਸਥਾਨਕ ਲੋਕਾਂ ਦੇ ਔਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਦੇ ਨਾਲ ਕਰੀਬ 400 ਸਾਲਾਂ ਪੁਰਾਣੇ ਗੁਰੂ ਨਾਨਕ ਮਹਿਲ ਦਾ ਵੱਡਾ ਹਿੱਸਾ ਤੋੜ ਦਿੱਤਾ ਗਿਆ। ਇਸ ਦੇ ਨਾਲ ਹੀ ਮਹਿਲ ਦੀਆਂ ਕੀਮਤੀ ਖਿੜਕੀਆਂ ਅਤੇ ਦਰਵਾਜ਼ੇ ਵੀ ਵੇਚ ਦਿੱਤੇ ਗਏ ਨੇ। ਇਲਾਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋੜ ਭੰਨ ਲਈ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਮੀਡੀਆ ਅਤੇ ਰੋਜ਼ਾਨਾ ਅਖਬਾਰ ਦਾ ਡੌਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਸ 4 ਮੰਜ਼ਿਲਾ ਇਮਾਰਤ ਦੀਆਂ ਕੰਧਾਂ 'ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਲੱਗੀਆਂ ਸਨ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਮਹਿਲ 4 ਸਦੀ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਥਾਂ 'ਤੇ ਭਾਰਤ ਸਣੇ ਦੁਨੀਆ ਭਰ ਤੋਂ ਸਿੱਖ ਇਸ ਨੂੰ ਵੇਖਣ ਆਉਂਦੇ ਸਨ। ਸੂਬਾ ਰਾਜਧਾਨੀ ਲਾਹੌਰ ਤੋਂ ਕਰੀਬ 100 ਕਿਲੋਮੀਟਰ ਦੂਰ ਨਾਰੋਵਾਲ ਸ਼ਹਿਰ 'ਚ ਬਣੇ ਇਸ ਮਹਿਲ 'ਚ 16 ਕਮਰੇ ਸਨ ਅਤੇ ਹਰ ਕਮਰੇ 'ਚ ਘੱਟੋ ਘੱਟ 3 ਦਰਵਾਜ਼ੇ ਅਤੇ 4 ਰੌਸ਼ਨਦਾਨ ਸਨ। ਜਾਣਕਾਰੀ ਦੇ ਮੁਤਾਬਕ ਔਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਦੇ ਨਾਲ ਸਥਾਨਕ ਲੋਕਾਂ ਦੇ ਇੱਕ ਸਮੂਹ ਨੇ ਮਹਿਲ ਦੇ ਅਸ਼ੰਕ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸ ਦੀਆਂ ਕੀਮਤੀਆਂ ਖਿੜਕੀਆਂ, ਦਰਵਾਜ਼ੇ ਅਤੇ ਰੌਸ਼ਨਦਾਨ ਵੇਚ ਦਿੱਤੇ। ਅਧਿਕਾਰੀਆਂ ਨੂੰ ਇਸ ਮਹਿਲ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜੋ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਦੇ ਮੁਤਾਬਕ ਔਕਾਫ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਗਿਆ ਸੀ ਕਿ ਕੁਝ ਪ੍ਰਭਾਵਸ਼ਾਲੀ ਲੋਕ ਇਮਾਰਤ ਦੇ ਵਿੱਚ ਭੰਨ ਤੋੜ ਕਰ ਰਹੇ ਨੇ, ਪਰ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉੱਥੇ ਕੋਈ ਪਹੁੰਚਿਆ। ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਹੀਦ ਅਸਗਾਰ ਨੇ ਕਿਹਾ ਕਿ ਮਾਲੀਆ ਰਿਕਾਰਡ 'ਚ ਇਸ ਇਮਾਰਤ ਦਾ ਕੋਈ ਜ਼ਿਕਰ ਨਹੀਂ ਹੈ। ਇਹ ਇਮਾਰਤ ਇਤਿਹਾਸਕ ਪ੍ਰਤੀਤ ਹੁੰਦੀ ਹੈ ਅਤੇ ਅਸੀਂ ਨਗਰ ਪਾਲਿਕਾ ਕਮੇਟੀ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਾਂ। ETBP ਸਿਆਲਕੋਟ ਖੇਤਰ ਦੇ ਰੈਂਟ ਕਲੈਕਟਰ ਮੁਤਾਬਕ ਉਹਨਾਂ ਦੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੇ ਸੰਬੰਧ 'ਚ ਜਾਂਚ ਕਰ ਰਹੀ ਹੈ। ਜੇ ਜਾਇਦਾਦ ETBP ਦੀ ਹੋਈ ਤਾਂ ਇਸ 'ਚ ਭੰਨਤੋੜ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਵਿਚਾਲੇ ਭਾਰਤ 'ਚ ਸਿੱਖ ਕੌਮ ਇਸ ਭੰਨਤੋੜ ਦੀ ਖਬਰ ਤੋਂ ਕਾਫ਼ੀ ਦੁਖੀ ਹੈ ਅਤੇ ਉਹਨਾਂ ਵੱਲੋਂ ਇਸ ਪ੍ਰਤੀ ਕਾਫ਼ੀ ਰੋਸ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਕੇ ਲਈ ਜੋ ਰਿਕੁਆਇਰਡ ਫੰਡਸ ਹੈ ਉਹ ਵੀ ਹਮਨੇ ਗਵਰਨਮੈਂਟ ਕੋ ਲਿਖੇ ਹੈ, ਤਬ ਉਹਨਾਂ ਨੇ ਹਮੇ ਬਤਾਇਆ ਟਾਕਿੰਗ ਆਇਆ ਕਿ ਉਸਕਾ ਪਾਰਟ ਇੱਕ ਪਾਰਟਲੀ ਉਸਕੋ ਡਿਮੋਲਿਸ਼ ਹੀ ਕਰ ਦਿਆ ਗਿਆ ਹੈ। ਅਭੀ ਜਬ ਹਮਨੇ ਵਹਾਂ ਸੇ ਜਾਣਕਾਰੀ ਲੈਣੇ ਕੀ ਕੋਸ਼ਿਸ਼ ਕੀ ਆਪਣੇ ਲੋਗੋਂ ਸੇ, ਤੋ ਉਹਨਾਂ ਨੇ ਕਿਹਾ ਕਿ ਜਬ ਉਹ ਡਿਪਟੀ ਕਮਿਸ਼ਨਰ ਸੇ ਬਾਤਚੀਤ ਕਰੇ ਤੋ DC ਕਹਿ ਰਹਾ ਮੁਝੇ ਤੋ ਪਤਾ ਤੱਕ ਨਹੀਂ ਹੈ। 550 ਸਾਲਾਂ ਹਮ ਗੁਰੂ ਨਾਨਕ ਦੇਵ ਜੀ ਕਾ ਪ੍ਰਕਾਸ਼ ਪੁਰਬ ਮਨਾ ਰਹੇ ਹੈ। ਪਾਕਿਸਤਾਨ ਨੇ ਐਸ਼ੋਰ ਕੀਆ ਕਿ ਉਹ ਲਾਂਘਾ ਵੀ ਖੋਲੇਗਾ ਔਰ ਉਸ ਵਕਤ ਹਮੇ ਸਭੇ ਗੁਰੂ ਘਰੋਂ ਕੇ ਦਰਸ਼ਨ ਕਰਾਨੇ ਮੇਂ ਹਮਾਰਾ ਸਾਥ ਦੇਗਾ। ਜਿਸ ਜਗ੍ਹਾ ਪਰ ਜਾ ਕੇ ਦੇਸ਼ ਔਰ ਦੁਨੀਆ ਕੇ ਲੋਕ ਚੀਜ਼ ਨਿਵਾਤੇ ਥੇ ਉਸ ਦਰਸ਼ਨੋਂ ਕੇ ਲਈ ਜਾਤੇ ਥੇ ਉਸ ਜਗ੍ਹਾ ਤੱਕ ਉਹ ਖਤਮ ਕਰ ਦਿਆ ਗਿਆ, ਇਹ ਬਹੁਤ ਦੁਖਦਾਈ ਹੈ। ਕਾ ਮਹਿਲ ਨਾਮ ਸੇ ਗੁਰਦੁਆਰਾ ਲਾਹੌਰ ਸੇ ਕੋਈ 20 ਕਿਲੋਮੀਟਰ ਦੂਰ ਉਹ ਗੁਰਦੁਆਰਾ ਸਾਹਿਬ ਥਾ, ਉਸਕੇ ਖਿੜਕੀ ਦਰਵਾਜ਼ੇ ਤੋੜ ਕਰ ਵੇਚੇ ਗਏ ਹੈ, ਮਤਲਬ ਉਹ ਲੂਟੇ ਗਏ ਹੈ ਕਿਸਮ ਕੇ, ਔਰ ਪੂਰੀ ਕੀ ਪੂਰੀ ਬਿਲਡਿੰਗ ਤੋੜ ਦੀ ਗਈ ਹੈ ਔਰ ਵਹਾਂ ਪਰ ਕੁਛ ਨਈ ਬਿਲਡਿੰਗ ਬਣਾਉਣੇ ਕੀ ਕੋਈ ਸਾਜਿਸ਼ ਹੋ ਰਹੀ ਹੈ। ਹਮ ਚਾਹਤੇ ਹੈ ਕਿ ਇਮਰਾਨ ਖਾਨ ਸਾਹਿਬ ਵੈਸੇ ਤੋ ਬੜੀ ਦੋਸਤੀ ਕੀ ਬਾਤ ਕਰਤੇ ਹੈ, ਕਰਤਾਰਪੁਰ ਕੋਰੀਡੋਰ ਕੀ ਬਾਤ ਕਰਤੇ ਥੇ, ਅਬ ਐਕਸ਼ਨ ਕਰੇ। ਅਗਰ ਉਨਕੇ ਦੇਸ਼ ਮੇਂ ਇਸ ਪ੍ਰਕਾਰ ਸੇ ਲੂਟ ਹੋਗੀ ਹਮਾਰੇ ਗੁਰਦੁਆਰੋਂ ਕੀ, ਤੋ ਕੈਸੇ ਸੰਬੰਧੋਂ ਕੀ ਬਾਤ ਕਰੇਂਗੇ। ਗੌਰਤਲਬ ਹੈ ਕਿ ਇੱਕ ਪਾਸੇ ਪਾਕਿਸਤਾਨੀ ਅਧਿਕਾਰੀ ਕਰਤਾਰਪੁਰ ਲਾਂਘੇ ਲਈ ਭਾਰਤੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ, ਤਾਂ ਦੂਜੇ ਪਾਸੇ ਪਾਕਿਸਤਾਨ ਆਪਣੀ ਜ਼ਮੀਨ 'ਤੇ ਸਥਿਤ ਸਿੱਖ ਗੁਰਧਾਮਾਂ ਨੂੰ ਢਹਿ ਢੇਰੀ ਕਰਵਾਉਣ 'ਚ ਲੱਗਾ। ਅਜੇ ਸਵਾਲ ਖੜ੍ਹੇ ਹੁੰਦੇ ਨੇ ਕਿ ਕੀ ਪਾਕਿਸਤਾਨ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਬਿਊਰੋ ਰਿਪੋਰਟ।